ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਕਪੂਰਥਲੇ ਵਾਸੀਆਂ ਵਾਸਤੇ, ਖਾਸ ਕਰਕੇ ਗੁਰੂ ਨਾਨਕ ਚੌਂਕ ਦੀਆਂ ਸੰਗਤਾਂ ਵਾਸਤੇ ਬੜਾ ਮਹੱਤਵਪੂਰਨ ਦਿਹਾੜਾ ਹੈ। ਇਹ ਤੋਂ ਅਚਨਚੇਤ ਬਿਜਲੀ ਦਾ ਸ਼ੋਰਟ ਸਰਕਟ ਹੋਣ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋ ਪਾਵਨ ਸਰੂਪ ਅਤੇ ਪੋਥੀਆਂ ਅਗਨ ਭੇਟ ਹੋ ਗਈਆਂ। ਇਹ ਬੜੀ ਦੁਖਦਾਈ, ਮੈਂ ਭਰੇ ਮਨ ਨਾਲ ਇਹ ਖਬਰ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ, ਕਿਉਂਕਿ ਅਸੀਂ ਤਾਂ ਹੁਣ ਹੀ ਸਾਨੂੰ ਪੁਲਿਸ ਵੱਲੋਂ ਟੈਲੀਫੋਨ ਗਿਆ ਕਿ ਸ਼ਿਵਪੁਰ ਕਲੋਨੀ ਵਿੱਚ ਗੁਰੂ ਘਰ ਦੇ ਵਿੱਚ ਅੱਗ ਲੱਗ ਗਈ ਹੈ ਅਤੇ ਅਗਨ ਭੇਟ ਹੋ ਗਿਆ ਦੋ ਸਰੂਪ, ਅਤੇ ਨਾਲੇ ਹੋਰ ਬਹੁਤ ਵੱਡਾ ਨੁਕਸਾਨ ਹੋਇਆ। ਅਸੀਂ ਉਸੇ ਵੇਲੇ ਆਪਣੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਮੈਂ ਇੱਥੇ ਹਾਜ਼ਰ ਹੋਇਆ ਵਾਂ, ਔਰ ਪੁਲਿਸ ਆਪਣੀ ਕਾਰਵਾਈ 'ਚ ਵੀ ਰੁੱਝੀ ਹੋਈ ਸੀ। ਸਾਡੇ ਆਉਣ ਤੋਂ ਪਹਿਲਾਂ ਪੁਲਿਸ ਨੇ ਆਪਣੀ ਜੋ ਪੰਡ ਦੀ ਕਾਰਵਾਈ ਉਹ ਕੀਤੀ ਆ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੀ ਲੁਕਾਈ ਨੂੰ, ਖਾਸ ਕਰਕੇ ਗੁਰਧਾਮਾਂ ਦੀ, ਗੁਰੂ ਘਰਾਂ ਦੀ ਸੇਵਾਦਾਰਾਂ ਨੂੰ, ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਸ਼ਬਦ ਗੁਰੂ ਅਵਤਾਰ ਆ, ਇਹਨੂੰ ਨਾ ਗਰਮੀ ਲੱਗਦੀ ਆ ਨਾ ਇਹਨੂੰ ਠੰਡ ਲੱਗਦੀ ਆ। ਜਿਹੜਾ ਸਾਡੇ ਅੱਜ ਕੱਲ੍ਹ ਬਹੁਤ ਰਿਵਾਜ਼ ਚੱਲ ਗਿਆ ਕਿ ਜਿੱਥੇ ਸਤਿਗੁਰੂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁੱਖ ਆਸਣ ਆ, ਉੱਥੇ ਏਸੀ ਲਾਏ ਹੋਏ ਆ, ਪੱਖੇ ਚੱਲਦੇ ਆ, ਜਦਕਿ ਮੈਂ ਸਮਝਦਾ ਇਹ ਮਨ ਘੜਤ ਖਾਣੀਆਂ ਅਤੇ ਮਨਾਂ ਦੀਆਂ ਆਪਣੀਆਂ ਵਿਚਾਰਾਂ ਵਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਾਗੇ ਨਾ ਤਾਂ ਪੱਖੇ ਲੱਗਣੇ ਚਾਹੀਦੇ ਆ ਔਰ ਨਾ ਕੋਈ ਏਸੀ ਲੱਗਣਾ ਚਾਹੀਦਾ। ਇਹ ਮੇਰੀ ਸਾਰੀਆਂ ਸੰਗਤਾਂ ਦੇ, ਗੁਰੂ ਘਰਾਂ ਦੇ, ਸੇਵਾਦਾਰਾਂ ਦੇ ਚਰਨਾਂ 'ਚ ਇਹ ਬੇਨਤੀ ਆ। ਦੂਸਰੀ ਮੰਦ ਭਾਗੀ ਇੱਕ ਇਹ ਗੱਲ ਹੋਈ ਕਿ ਜਦੋਂ ਇਹ ਅਗਨ ਭੇਟ ਹੋਏ, ਜਦੋਂ ਇਹ ਸਾਰਾ ਭਾਣਾ ਵਰਤਿਆ, ਉਸ ਟਾਈਮ ਨਾ ਇੱਥੇ ਗ੍ਰੰਥੀ ਹਾਜ਼ਰ ਸੀ ਨਾ ਕੋਈ ਹੋਰ ਵਿਅਕਤੀ ਹਾਜ਼ਰ ਸੀ, ਜਿਹੜੀ ਕਿ ਬੜੀ ਮੰਦ ਭਾਗੀ ਗੱਲ ਹੋਈ ਆ ਕਿ ਉਹਨਾਂ ਦੇ ਜਦੋਂ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਹਰ ਗੁਰੂ ਘਰ ਦੇ ਵਿੱਚ ਹਰ ਵੇਲੇ ਇੱਕ ਸੇਵਾਦਾਰ ਹੋਣਾ ਜ਼ਰੂਰੀ ਆ, ਪਰ ਇੱਥੇ ਅੱਜ ਕੋਈ ਵੀ ਹਾਜ਼ਰ ਨਹੀਂ ਪਾਇਆ ਗਿਆ, ਜਿਸ ਕਰਕੇ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ। ਅਸੀਂ ਇਸ ਇਲਾਕੇ ਦੇ ਵੀ ਜਿਹੜੇ ਇਸ ਮੁਹੱਲੇ ਦੇ ਸਾਰੇ ਮਾਰਕੀਟ ਵਾਲੇ ਲੋਕਾਂ ਨੂੰ ਵੀ ਨਾਲ ਮਿਲੇ ਹਾਂ, ਉਹਨਾਂ ਨੇ ਵੀ ਦੱਸਿਆ ਵੀ ਅਜਨ ਚੇ ਤਾਂ ਸਾਰਾ ਭਾਣਾ ਵਰਤਿਆ ਪਰ ਕਿਸੇ ਦੀ ਸ਼ਰਾਰਤ ਨਹੀਂ ਪਾਈ ਗਈ, ਕਿਸੇ ਦਾ ਕੋਈ ਇਹਦੇ ਵਿੱਚ ਇਹ ਨਹੀਂ ਸਾਬਤ ਹੋ ਸਕਿਆ ਕਿ ਕਿਸੇ ਨੇ ਜਾਣ ਕੇ ਇਹ ਕਾਰਵਾਈ ਕੀਤੀ ਆ। ਪੁਲਿਸ ਨੇ ਵੀ ਸਾਰੀ, ਸਾਡੇ ਸਤਿਕਾਰਯੋਗ ਇੱਥੇ ਪੁਲਿਸ ਵਾਲੇ ਅਫਸਰ ਵੀ ਆਏ ਹੋਏ ਆ, SHO ਸਾਹਿਬ ਆਏ ਆ, ਉਹਨਾਂ ਨੇ ਵੀ ਆ ਕੇ ਪੂਰੀ ਪੜਤਾਲ ਕੀਤੀ ਆ, ਜਿਸ ਤੋਂ ਇਹ ਸਾਬਤ ਹੋਇਆ ਕਿ ਅਜਨ ਚੇ ਦੇ ਭਾਣਾ ਵਰਤਿਆ ਅਤੇ ਵਰਤਿਆ ਸਿਰਫ ਅਤੇ ਸਿਰਫ ਸ਼ੋਰਟ ਸਰਕਟ ਕਰਕੇ ਆ, ਬਿਜਲੀ ਦੇ ਸ਼ਾਰਟ ਹੋਣ ਕਰਕੇ ਆ। ਇਹ ਵੀ ਸਾਨੂੰ ਨਾ ਪਤਾ ਲੱਗਿਆ ਸੀ ਵੀ ਗੁਰਦੁਆਰਾ ਸਿੰਘ ਸਭਾ ਹੈਗਾ ਇੱਥੇ ਗੁਰੂ ਨਾਨਕ ਚੌਂਕ ਸ਼ੇਖੂਪੁਰ, ਇੱਥੇ ਸ਼ੋਰਟ ਸਰਕਟ ਹੋਣ ਨਾਲ ਅੱਗ ਲੱਗ ਗਈ। ਅਸੀਂ ਜਦੋਂ ਆ ਕੇ ਦੇਖਿਆ ਇਹ ਮਹਾਰਾਜ ਦੇ ਸੁੱਖ ਆਸਣ ਦੇ ਉੱਪਰ ਇੱਕ ਏਸੀ ਲੱਗਿਆ ਸੀ, ਇੱਕ ਪੱਖਾ ਚੱਲਦਾ ਸੀ, ਉਹ ਜਿਹੜਾ ਏਸੀ ਨਾਲੋਂ ਸ਼ੋਰਟ ਸਰਕਟ ਹੋ ਗਿਆ, ਉਹਦੇ ਕਾਰਨ ਅੱਗ ਲੱਗੀ, ਜਿਸ 'ਚ ਮਤਲਬ ਕਿਸੇ ਵੀ ਕੋਈ ਕਿਸੇ ਦੀ ਸ਼ਰਾਰਤਬਾਜ਼ੀ ਨਹੀਂ ਹੈਗੀ, ਕਿਸੇ ਦਾ ਹੋਰ ਕੋਈ ਕਸੂਰ ਵੀ ਹੈ ਨਹੀਂ, ਇਹੀ ਅਸੀਂ ਵੈਰੀਫਾਈ ਕੀਤਾ ਜੀ।